ਹੰਜੀ ਕਿੱਦਾਂ ਸਾਰਿਆਂ ਸਾਰਿਆਂ ਸਤਿ ਸ਼੍ਰੀ ਅਕਾਲ ਜੀ ਇਹ ਵੀਡੀਓ ਆ ਜੀ ਆਪਣੇ ਬੰਦੀ ਸਿੰਘਾਂ ਦੀ ਰਿਹਾਈ ਬਾਰੇ ਤੁਹਾਨੂੰ ਦਿਖਾਉਣਾ ਜੀ ਕਿੱਦਾਂ ਲੋਕ ਆਪਣਾ ਦਿਮਾਗ ਵਰਤ ਕੇ ਆਪਣੇ ਕੈਦੀ ਰਿਹਾ ਕਰਾਉਂਦੇ ਆ ਅਮਰੀਕਾ ਨੇ ਰਸ਼ੀਆ ਤੋਂ ਕਰਾਇਆ ਰਸ਼ੀਆ ਨੇ ਅਮਰੀਕਾ ਤੋਂ ਕਰਾਇਆ ਤੇ ਤਾਂਮਤ ਲੋਕਾਂ ਨੇ ਆਪਣੇ ਲੋਕ ਰਿਹਾ ਕਰਾ ਲਏ ਜਿਨ੍ਹਾਂ ਨੇ ਪ੍ਰਧਾਨ ਮੰਤਰੀ ਮਾਰਿਆ ਸੀ ਤੇ ਅਸੀਂ ਸਿੱਖ ਲੋਕ ਸਾਡੇ ਕੋਲੋਂ ਆਪਣੇ ਸੇਕਰ ਹਾਣੀ ਕਰਾ ਹੋਏ ਜਿਨ੍ਹਾਂ ਨੇ ਮੁੱਖ ਮੰਤਰੀ ਮਾਰਿਆ ਇੱਕ ਪਾਸੇ ਪ੍ਰਧਾਨ ਮੰਤਰੀ ਮਾਰਿਆ ਉਹ ਬਾਹਰਿਆ ਜੇਲਾਂ ਤੋਂ ਜਿਨ੍ਹਾਂ ਨੇ ਮੁੱਖ ਮੰਤਰੀ ਮਾਰਿਆ ਉਹ ਅਜੇ ਵੀ ਜੇਲਾਂ ਦੇ ਅੰਦਰ ਐ ਸਜ਼ਾ ਭੁਗਤ ਕੇ ਵੀ ਇਹ ਵੀਡੀਓ ਸਾਰੇ ਪੰਜਾਬੀਆਂ ਦੇ ਫੋਨ 'ਚ ਪਹੁੰਚਾਇਓ ਜਾਗਰੂ ਕਰੋ ਆਪਣੇ ਲੋਕਾਂ ਨੂੰ ਮੈਂ ਤੁਹਾਨੂੰ ਦੱਸਣਾ ਚਾਹਨਾ ਕਿਦਾਂ ਸਿਸਟਮ ਵਰਕ ਕਰਦਾ ਹਾਂਜੀ ਸੋ ਗੱਲਾਂ ਬਾਅਦ 'ਚ ਕਰਦਾ ਪਹਿਲਾਂ ਫੋਟੋਆਂ ਦੇਖੋ ਤੁਸੀਂ ਆਪ ਹੀ ਸਮਝ ਜਾਣਾ ਤੇ ਸਿੱਖਾਂ ਨਾਲ ਦੋਗਲੀਆਂ ਨੀਤੀਆਂ ਸਰਕਾਰਾਂ ਦੀਆਂ ਉਹ ਵੀ ਦਿਖਾਉਣਾ ਆ ਆ ਦੇਖੋ ਜੀ ਮੈਂ ਤੁਹਾਨੂੰ ਸਾਰੇ ਹੀ ਸਮਝਾਉਂ ਸਿੱਖਾਂ ਦਾ ਪਾਸਟ ਵਿੱਚ ਕੀ ਹੋਇਆ ਤੇ ਹੁਣ ਕੀ ਹੋ ਰਿਹਾ ਸਾਰੇ ਪਾਸੇ ਸ਼ੇਅਰ ਕਰੀ ਚਲੋ ਇਹ ਕੌਣ ਆ ਦੇਖੋ ਕੁੜੀ ਦਾ ਕੱਦ ਹੈ 6 ਫੁੱਟ 9 ਇੰਚ ਅਮਰੀਕਾ ਦੀ ਬਾਸਕਟਬਾਲ ਪਲੇਅਰ ਆ ਰਸ਼ੀਆ ਚ ਇਸੇ ਸਾਲ ਦੇ ਦੂਜੇ ਮਹੀਨੇ ਚੱਕ ਲਈ ਸੀ ਰਸ਼ੀਆ ਵਾਲਿਆਂ ਨੇ ਕਿਉਂਕਿ ਇਹ ਸਮਾਨ ਲੈ ਗਈ ਸੀ ਕੋਈ ਭੰਗ ਵਾਲਾ ਜਿਹੜਾ ਕਿ ਅਮਰੀਕਾ ਚ ਅਲਾਉਡ ਆ ਰਸ਼ੀਆ ਚ ਨਹੀਂ ਅਲਾਉਡ ਇਹਨਾਂ ਨੇ ਜੇਲ੍ਹ ਚ ਰੱਖੀ ਦੇਖੋ ਕੱਦ ਦੇਖੋ ਕੁੜੀ ਦਾ 6 ਫੁੱਟ 9 ਇੰਚ ਹਾਂਜੀ ਤੁਸੀਂ ਉਹੀ ਇੱਥੋਂ ਦਿਮਾਗ ਲਾਓ ਤੇ ਅਮਰੀਕਾ ਜਰਮਨ ਦੇ ਨਾਲ ਵਿਸ਼ਵ ਯੁੱਧ 'ਚ ਲੜਿਆ ਜਰਮਨ ਦੇ ਵਿਰੁੱਧ ਇਸ ਵੇਲੇ ਅਮਰੀਕਾ ਦੀ ਸਭ ਤੋਂ ਵੱਧ ਫੌਜ ਜਰਮਨ 'ਚ ਬੈਠੀ ਆ ਇਹ ਗੋਰੇ ਦਿਮਾਗ ਵਰਤਦੇ ਆ ਇੱਕੋ ਹੀ ਗੱਲ ਤੇ ਨਹੀਂ ਅਟਕੇ ਰਹਿੰਦੇ ਵੀ ਆਪਾਂ ਤਾਂ ਜੀ ਐਦਾਂ ਤੇ ਮੈਂ ਨਾ ਮੰਨੂ ਹਨਾ ਤੁਹਾਨੂੰ ਦਿਖਾਉਣਾ ਸਾਰਾ ਹੀ ਸਿਸਟਮ ਸਮਝਿਓ ਬੰਦੀ ਸਿੰਘਾਂ ਦੀ ਗੱਲ ਕਰਦਾ ਸੋ ਸਾਰੀਆਂ ਇਹ ਚੀਜ਼ਾਂ ਨਾਲ ਮੈਟਰ ਕਰਦੀਆਂ ਆ ਜੇ ਤੁਸੀਂ ਕਹੋ ਬੰਦੀ ਸਿੰਘਾਂ ਨਾਲ ਇਸ ਤਸਵੀਰ ਦਾ ਕੀ ਲਿੰਕ ਤੁਸੀਂ ਆਪ ਹੀ ਸਮਝ ਜਾਣੀ ਸਾਰੀ ਸਟੋਰੀ ਧਿਆਨ ਨਾਲ ਸੁਣਿਓ ਸਾਰੀ ਹਾਂਜੀ ਇਹ ਕੀਤੀ ਅਮਰੀਕਾ ਵਾਲਿਆਂ ਨੇ ਰਿਹਿਆ ਤੇ ਰਸ਼ੀਆ ਇਹ ਇਹ ਸੱਚ ਰਸ਼ੀਆ ਨੇ ਰਿਹਿਆ ਕੀਤੀ ਤੇ ਉਹਦੇ ਬਦਲੇ ਚ ਕੌਣ ਵਾਪਸ ਆਇਆ ਰਸ਼ੀਆ ਦਾ ਉਹ ਤੁਹਾਨੂੰ ਦਿਖਾਉਨੇ ਆ థਾਈਲੈਂਡ ਚ 2008 ਚੋ ਚੱਕ ਹੋਇਆ ਸੀਗਾ ਤੇ 2010 12 ਚ ਆ ਗਿਆ ਸੀ ਅਮਰੀਕਾ ਚ ਅਮਰੀਕਾ ਵਾਲਿਆਂ ਨੇ ਉਹਨੂੰ ਲਿਆੰਦਾ ਸੀ ਕਿਉਂਕਿ ਅਮਰੀਕਾ ਦੇ ਵਿਰੋਧੀ ਗਤੀਵਿਧੀਆਂ ਸੀ ਤੇ 2010 12 ਤੋਂ ਅਮਰੀਕਾ ਦੀ ਜੇਲ੍ਹ ਚ ਹੀ ਸੀ ਵੈਸੇ ਚੱਕਿਆ థਾਈਲੈਂਡ ਦੀ ਪੁਲਿਸ ਨੇ ਸੀ 2008 ਚਾ థਾਈਲੈਂਡ ਦੀ ਤਸਵੀਰ ਆ ਇਨੂੰ ਕਿਹਾ ਜਾਂਦਾ ਮੌਤ ਦਾ ਵਪਾਰੀ ਹਾਂਜੀ ਇਹਦਾ ਨਾਮ ਆਇਆ ਜੀ ਮੌਤ ਦਾ ਵਪਾਰੀ ਵਿਕਟਰ ਇਹ ਅਸਲੇ ਵੇਚਦਾ ਸੀ ਦੁਨੀਆ ਭਰ ਚ ਹਾਂਜੀ ਅਫਰੀਕਾ ਚ ਏਸ਼ੀਆ ਚ ਜਿਹੜਾ ਆਪਣਾ ਅਫਗਾਨਿਸਤਾਨ ਚ ਰਸ਼ੀ ਵਾਲੇ ਗਏ ਸੀ ਉਦੋਂ ਤੋਂ ਇਹ ਇਹਦੀ ਸਟੋਰੀ ਵੀ ਇੰਟਰਸਟਿਡ ਆ ਹਾਂਜੀ ਉਧਰੋਂ ਅਮਰੀਕਾ ਵਾਲਿਆਂ ਨੇ ਇਹਨੂੰ ਛੱਡਿਆ ਤੇ ਰਸ਼ੀ ਵਾਲਿਆਂ ਨੇ ਉਹ ਅਮਰੀਕਾ ਦੀ ਕੁੜੀ ਛੱਡੀ ਆ ਹਾਂਜੀ ਇਹ ਤੁਹਾਨੂੰ ਦਿਖਾਉਣਾ ਮੈਂ ਤਸਵੀਰਾਂ ਇਹਨਾਂ ਨੇ ਆਪਣੇ ਕੈਦੀ ਸਵੈਪ ਕੀਤੇ ਵੀ ਤੁਸੀਂ ਸਾਡਾ ਛੱਡ ਦਿਓ ਕੈਦੀ ਤੁਸੀਂ ਸਾਡਾ ਛੱਡ ਦਿਓ ਹਾਂਜੀ ਸੋ ਮਰ ਭਰ ਲਈ ਜਿਹੜਾ ਰਸ਼ੀਆ ਦਾ ਮੌਤ ਦਾ ਵਪਾਰੀ ਅਮਰੀਕਾ ਦੀ ਜੇਲ੍ਹ 'ਚ ਸੀ ਇਹ ਜਿਹੜੀ ਕੁੜੀ ਹੈ ਅਮਰੀਕਾ ਦੀ ਇਹ ਰਸ਼ੀਆ ਦੀ ਜੇਲ੍ਹ 'ਚ ਸੀ ਦੇਖੋ ਛਡਾ ਲਿਆ ਨਾ ਅਮਰੀਕਾ ਵਾਲਿਆਂ ਨੇ ਆਪਣਾ ਛਡਾ ਲਿਆ ਕੈਦੀ ਤੇ ਰਸ਼ੀਆ ਵਾਲਿਆਂ ਨੇ ਆਪਣਾ ਕੈਦੀ ਛਡਾ ਲਿਆ ਆ ਦੇਖ ਸਕਦੇ ਦੋਨਾਂ ਦੀਆਂ ਤਸਵੀਰਾਂ ਸਵੈਪ ਹੋ ਗਏ ਉਹ ਕੁੜੀ ਅਮਰੀਕਾ ਆ ਗਈ ਹੈ ਤੇ ਉਹ ਰਸ਼ੀਆ ਚਲ ਗਿਆ ਅਮਰੀਕਾ ਦੀ ਜੇਲ੍ਹ ਤੋਂ ਹਾਂਜੀ ਤੇ ਇਦਾਂ ਹੀ ਇਹਨਾਂ ਨੇ ਪਹਿਲਾਂ ਵੀ ਕੀਤਾ ਸੀ ਰਸ਼ੀਆ ਅਮਰੀਕਾ ਨੇ ਸੋ ਅਮਰੀਕਾ ਦਾ ਇੱਕ ਨੇਵੀ ਵਾਲਾ ਸੀ ਤੇ ਰਸ਼ੀਆ ਦਾ ਸੀ ਇੱਕ ਅਉਈ ਮਤਲਬ ਮੌਤ ਦਾ ਵਪਾਰੀ ਹਥਿਆਰਾਂ ਦਾ ਡਰਗ ਡੀਲਰ ਹਾਂਜੀ ਪਹਿਲਾਂ ਵੀ ਅਪ੍ਰੈਲ ਚ ਹੋਇਆ ਸੀ ਧੁਰਕੀ ਦੇ ਰਿਪੋਰਟ ਤੇ ਤੇ ਦੇਖ ਲਓ ਬਾਈ ਜੀ ਭਈ ਆਪਾਂ ਆਪਾਂ ਕੀ ਕਰ ਰਹੇ ਹਾਂ ਸਿੱਖਾਂ ਨੂੰ ਛਡਾਉਣ ਲਈ ਬੰਦੀਆਂ ਨੂੰ ਉਹ ਵੀ ਸਾਰਾ ਕੁਝ ਦਿਖਾਉਣਾ ਤੇ ਦੂਜੇ ਪਾਸੇ ਆਹ ਦੇਖੋ ਆ ਵੀ ਤਸਵੀਰ ਨਾਲ ਹੀ ਰਿਲੇਟ ਕਰਦੀ ਆ ਇੱਕ ਮਿੰਟ ਤੁਹਾਨੂੰ ਦਿਖਾਉਣਾ ਮੈਂ ਉਹ ਵਾਜੀ ਇਹ ਆਪਾਂ ਇੱਕ ਸਕਿੰਟ ਤੁਹਾਨੂੰ ਦਿਖਾਉਣਾ ਜਿਨ੍ਹਾਂ ਨੇ ਜੀਵ ਗਾਂਧੀ ਨੂੰ ਮਾਰਿਆ ਸੀ ਨਲਿਨੀ ਨਲਿਨੀ ਦਾ ਸਭ ਨੂੰ ਪਤਾ ਹੀ ਆ ਉਹਦੀ ਦਿਖਾਉਣਾ ਤਸਵੀਰ ਤੇ ਉਹ ਇਸ ਵੇਲੇ ਰਜੀਵ ਗਾਂਧੀ ਨੂੰ ਮਾਰਨ ਵਾਲੇ ਸਾਰੇ ਕੈਦੀ ਬਾਹਰ ਆ ਆਪਣੇ ਪਰਿਵਾਰਾਂ ਦੇ ਨਾਲ ਆ ਪ੍ਰਧਾਨ ਮੰਤਰੀ ਨੂੰ ਮਾਰਨ ਵਾਲੇ ਹਾਂਜੀ ਤੇ ਜਿਨ੍ਹਾਂ ਨੇ ਮੁੱਖ ਮੰਤਰੀ ਨੂੰ ਮਾਰਿਆ ਸਿੰਘ ਸੂਰਮੇ ਉਹ ਅਜੇ ਵੀ ਜੇਲਾ ਚ ਇੱਥੋਂ ਸੋਚੋ ਉਹਨਾਂ ਦੀ ਕੈਦ ਵੀ ਪੂਰੀ ਹੋ ਚੁੱਕੀ ਆ ਹਾਂਜੀ ਸਭ ਤੋਂ ਵੱਡੀ ਗੱਲ ਮੈਟਰ ਕਰ ਜਾਂਦੀ ਲੌਬੀ ਪੀ ਲੌਬੀ ਕਿਹੜੀ ਵਰਕ ਕਰ ਰਹੀ ਆ ਤੁਹਾਡੀ ਰਹਿਨਮਾਈ ਕੌਣ ਲੋਕ ਕਰ ਰਹੇ ਆ ਤੁਹਾਡੇ ਨੁਮਾਇੰਦੇ ਕੌਣ ਆ ਜਿਹੜੇ ਗੱਲ ਕਰ ਰਹੇ ਆ ਤੁਹਾਡੀ ਤੁਹਾਡੀ ਗੱਲ ਅੱਗੇ ਤੱਕ ਪਚਾਰੀ ਆ ਇਹ ਇਹ ਕੁੜੀ ਦਾ ਨਾਮ ਸੀ ਰਜੀਵ ਗਾਂਧੀ ਨੂੰ ਮਾਰਨ ਚ ਤੋਈ ਦੇ ਵੀ ਸਾਰੀ ਜ਼ਿੰਦਗੀ ਜੇਲ੍ਹ ਚ ਨੰਗੀ ਸੀਗੀ ਇਹ ਸੀ ਨਲਨੀ ਉਸ ਸਮੇਂ ਜਦੋਂ ਰਜੀਵ ਗਾਂਧੀ ਨੂੰ ਮਾਰਿਆ ਗਿਆ ਇਹ ਵੀ ਮੇਨ ਸੀਗੀ ਇਹ ਵੀ ਜੇਲ੍ਹ ਚ ਸੀ ਇਹ ਸਾਰੇ ਰਜੀਵ ਗਾਂਧੀ ਵਾਲੇ ਤੁਹਾਨੂੰ ਸਭ ਨੂੰ ਪਤਾ ਹੀ ਆ ਭਈ ਉਹ ਛੱਡ ਤੇ ਗਏ ਆ ਹੁਣ ਖੁੱਲੇ ਜੇ ਘੁੰਮ ਰਹੀ ਆ ਆਜ਼ਾਦ ਆਪਣੇ ਪਰਿਵਾਰ ਨਾਲ ਸਾਰਾ ਕੁਝ ਜਿੱਦਾਂ ਸਭ ਦਾ ਸੁਪਨਾ ਹੀ ਹੁੰਦਾ ਆ ਆਪਾਂ ਪਰਿਵਾਰ ਨਾਲ ਘੁੰਮੀਏ ਟਾਈਮ ਬਤਾਈਏ ਜੇਲ੍ਹ ਚ ਰਹਿਣ ਨੂੰ ਕਿਦਾ ਜੀ ਕਰਦਾ ਸੋ ਇਹ ਹੈ ਜੀ ਇਹਦੀ ਬਾਰ ਘੁੰਮਦੀ ਦੀ ਤਸਵੀਰ ਦੇਖ ਸਕਦੇ ਆ ਇਸ ਨੇ ਪ੍ਰਧਾਨ ਮੰਤਰੀ ਮਾਰਿਆ ਸੀ ਭਾਰਤ ਦਾ ਪ੍ਰਧਾਨ ਮੰਤਰੀ ਮਾਰ ਕੇ ਵੀ ਜੇਲ੍ਹ ਤੋਂ ਬਾਹਰ ਆ ਉਹਦਾ ਕਾਰਨ ਕਾਰਨ ਬਾਈ ਜੀ ਉਹੀ ਇਹਨਾਂ ਲੋਕਾਂ ਦੀ ਲੌਬੀ ਸਟਰੋਂਗ ਆ ਉਹ ਦਿਮਾਗ ਨਾਲ ਕੰਮ ਕਰਦੇ ਆ ਕਿਦਾਂ ਕੀ ਕੀ ਕਰਨਾ ਪੂਰੀ ਸਪੋਰਟ ਸੀ ਇਹਨਾਂ ਨੂੰ ਪਿੱਛੋਂ ਆਪਣੇ ਜੋ ਵੀ ਹਾਂ ਜੀ ਜੋ ਵੀ ਇਹਨਾਂ ਦੀ ਸੁਸਾਇਟੀ ਆ ਜਾਂ ਜੋ ਵੀ ਜਿੱਦਾਂ ਅਸੀਂ ਸੇਖਿਆ ਜਾਂ ਪੰਜਾਬੀਆਂ ਜੋ ਵੀ ਇਹਨਾਂ ਦਾ ਪੂਰੀ ਸਪੋਰਟ ਸੀ ਉਹਨੇ ਪੂਰਾ ਵਰਕ ਕੀਤਾ ਤੇ ਆਪਣੇ ਵਾਲੇ ਪਾਸੇ ਤੁਹਾਨੂੰ ਦਿਖਾਉਣਾ ਆਪਣੇ ਵਾਲੇ ਪਾਸੇ ਦਾ ਭਰਾਵੋ ਹਾਲ ਹੀ ਨਹੀਂ ਪੁੱਛਦੇ ਆ ਮੈਂ ਤੁਹਾਨੂੰ ਤਸਵੀਰਾਂ ਹੋਰ ਦਿਖਾਉਣਾ ਪਈ ਇੱਧਰ ਮੈਲੇਵਾਰਨ ਚ ਵੀ ਖਾਲਸਤਾਨ ਰੈਫਰੰਡਮ ਦੀ ਗੱਲ ਹੋ ਰਹੀ ਆ ਮੈਂ ਖਾਲਸਤਾਨ ਦਾ ਵਿਰੋਧੀ ਨਹੀਂਗਾ ਪਰ ਤੁਹਾਨੂੰ ਤਸਵੀਰਾਂ ਦਿਖਾਉਣੀਆਂ ਚਾਹੁੰਦੇ ਆ ਕੁਝ ਪਈ ਆਸਟ੍ਰੇਲੀਆ ਦੇ ਜਿਹੜੇ ਮੇਨ ਆ ਉਹ ਕਿਨਾਂ ਨੂੰ ਮਿਲ ਰਹੇ ਆ ਤੇ ਉਹਨਾਂ ਨੇ ਕੀ ਪ੍ਰਤੀਕਿਰਿਆ ਕੀਤੀ ਮੈਲੇਵਾਰਨ ਦੇ ਰੈਫਰੰਡਮ ਦੀ ਹਾਂਜੀ ਇਹ ਹੋ ਗਿਆ ਤੇ ਇਹ ਜੀ ਇੱਕ ਹੋਰ ਤੁਹਾਨੂੰ ਚੀਜ਼ ਦਿਖਾਉਣਾ ਸੋ ਪੰਜ ਸਿੰਘ ਸੂਰਮਿਆਂ ਨੇ ਪਲੇਨ ਹਾਈਜੈਕ ਕੀਤਾ ਸੀਗਾ 29 ਸਤੰਬਰ 1981 ਨੂੰ ਕਿਉਂਕਿ 20 ਸਤੰਬਰ 1981 ਨੂੰ ਸੰਤ ਜਰਨੈਲ ਸਿੰਘ ਜੀ ਭਿੰਡਰਾਵਾਲਿਆਂ ਨੂੰ ਜੇਲ੍ਹ ਚ ਕਰਤਾ ਸੀਗਾ 9 ਸਤੰਬਰ 1981 ਨੂੰ ਜੱਗ ਬਾਣੀ ਦਾ ਲਾਲਾ ਜਗਤ ਨਾਰੈਣ ਪਾਪੀ ਗੱਡੀ ਚਾੜਿਆ ਸੀ ਹਾਂਜੀ ਤੇ ਤੁਸੀਂ ਅਜੇ ਵੀ ਜੱਗ ਬਾਣੀ ਦੀਆਂ ਖਬਰਾਂ ਸੁਣਦੇ ਆਂ ਜੱਗ ਬਾਣੀ ਖੁਆਰ ਪੜ੍ਹਦੇ ਆਂ ਉਹਦਾ ਸਿੱਖਾ ਵਿਰੋਧ ਸ਼ਰਿਆਮ ਲਿਖਦਾ ਸੀ ਉਹਨੂੰ ਸਿੰਘ ਸੂਰਮਿਆਂ ਨੇ ਹੀ ਮਾਰਿਆ ਸੀਗਾ ਏਦੋਂ ਸਿੰਘ ਸੂਰਮੇ ਬਾਈ ਜੀ ਤੁਹਾਨੂੰ ਇੰਡੀਆ ਦਾ ਸਿਸਟਮ ਦਿਖਾਉਣਾ ਦੋ ਸੰਵਿਧਾਨ ਇੰਡੀਆ ਦੇ ਕਿਦਾਂ ਸਿੱਖਾਂ ਲਈ ਹੋਰ ਬਾਕੀਆਂ ਲਈ ਹੋਰ 81 ਜਨਾ ਸਿੰਘਾਂ ਨੇ ਪਲੇਨ ਹਾਈਜੈਕ ਕੀਤਾ ਸੀ ਤੇ 36 ਸਾਲ ਬਾਅਦ 2017-18 ਦੀ ਤਸਵੀਰ ਆ ਅਦਾਲਤਾਂ ਦੇ ਧੱਕੇ ਖਾਂਦੇ ਸੀ ਹਾਂਜੀ ਪਲੇਨ ਹਾਈਜੈਕ ਕੀਤਾ ਪੰਜ ਸਿੰਘ ਸੂਰਮਿਆਂ ਨੇ ਕੀਤਾ ਸੀ ਉਹ ਪਲੇਨ ਹਾਈਜੈਕ ਪਾਕਿਸਤਾਨ ਲੈ ਗਏ ਸੀਗੇ ਇਹ ਪਾਕਿਸਤਾਨ ਦੀ ਤਸਵੀਰ ਆ ਹਾਂਜੀ ਉਹਨਾਂ ਦੇ ਨਾਂ ਸੀਗੇ ਜਸਵੀਰ ਸਿੰਘ ਸਤਨਾਮ ਸਿੰਘ ਤੇਜਿੰਦਰਪਾਲ ਸਿੰਘ ਗਜਿੰਦਰ ਸਿੰਘ ਤੇ ਕਰਨ ਸਿੰਘ ਪੰਜ ਸੂਰਮੇ ਸੀ ਜਿਹੜੇ ਪਲੇਨ ਹਾਈਜੈਕ ਕਰਕੇ ਲੈ ਗਏ ਸੀ ਪਾਕਿਸਤਾਨ ਵੀ ਸੰਤ ਜਰਨੈਲ ਸਿੰਘ ਪਿੰਡਰਾਵਾਲਿਆ ਨੂੰ 20 ਸਤੰਬਰ 1981 ਨੂੰ ਜੇਲ੍ਹ ਕਰਤੀ ਗਈ ਸੀ 29 ਸਤੰਬਰ 1981 ਨੂੰ ਪਲੇਨ ਹਾਈਜੈਕ ਕਰਕੇ ਲੈ ਗਏ ਕਿਸੇ ਯਾਤਰੀ ਨੂੰ ਕੋਈ ਨੁਕਸਾਨ ਨਹੀਂ ਕੀਤਾ ਵੀ ਸੰਤਾਂ ਨੂੰ ਜੇਲ੍ਹ ਤੋਂ ਛੱਡੋ ਸਾਡੀ ਇਹੀ ਮੰਗ ਆ ਠੀਕ ਆ ਨਾ ਇਹ ਪਾਕਿਸਤਾਨ ਦੀ ਜੇਲ੍ਹ ਦੀ ਤਸਵੀਰ ਆ ਉਸ ਸਮੇਂ ਦੀ ਹਾਂਜੀ ਸੋ ਜਿਹੜੇ ਪਹਿਲਾਂ ਦੋ ਸਿੰਘ ਦਿਖਾਏ ਆ ਉਹਨਾਂ ਦੀ 36 ਸਾਲ ਬਾਅਦ ਵੀ ਉਹ ਅਦਾਲਤਾਂ 'ਚ ਭਾਰਤ ਦੀਆਂ 'ਚ ਧੱਕੇ ਖਾਂਦੇ ਸੀਗੇ ਉਹ 2017-18 ਦੀ ਤਸਵੀਰ ਆ ਇਹ ਦੇਖ ਸਕਦੇ ਆ ਇਹ ਜੇਲ੍ਹ ਦੀ ਤਸਵੀਰ ਆ ਕੋਟ ਲਖਪਤਰਾਏ ਜੇਲ੍ਹ ਦੀ ਪਾਕਿਸਤਾਨ ਦੀ ਤੇ ਇਹ ਸੂਟ ਵਿੱਚ ਪਲੇਨ ਹਾਈਜੈਕ ਕਰਕੇ ਲੈ ਗਿਆ ਪਾਕਿਸਤਾਨ ਪੰਜਾਬ ਤੇ ਜਰਨੈਲ ਸਿੰਘ ਜਿਹਨੂੰ ਜੇਲ੍ਹ ਚੋਂ ਛੱਡੋ ਦੋ ਸੰਵਿਧਾਨ ਹੁਣ ਕਿੱਦਾਂ ਆ ਸੇਮ 78 ਜਿੰਦਰਾ ਪਾਪਣ ਨੂੰ ਜੇਲ੍ਹ ਹੋਈ ਸੀਗੀ ਸਭ ਨੂੰ ਪਤਾ ਐਮਰਜੈਂਸੀ ਦਾ ਦੌਰ ਸੀ ਜੋ ਵੀ ਆ ਇੰਦਰਾ ਪਾਪਣ ਨੂੰ ਛਡਾਉਣ ਲਈ ਭੋਲਾਨਾਥ ਪਾਡੇ ਦਵਿੰਦਰਨਾਥ ਪਾਡੇ ਸੇਮ ਜਿੱਦਾਂ ਸਿੰਘਾਂ ਨੇ ਕੀਤਾ ਸੀਗਾ ਇਹਨਾਂ ਨੇ ਵੀ ਪਲੇਨ ਹਾਈਜੈਕ ਕੀਤਾ ਇਹ ਵੀ ਲੱਗਿਆ ਹੋਰ ਪਾਸੇ ਇਹਨਾਂ ਦੀ ਮੰਗ ਏ ਸੀ ਇੰਦਰਾ ਗਾਂਧੀ ਨੂੰ ਜੇਲ੍ਹ ਚ ਛੱਡਿਆ ਜਾਵੇ ਇੱਕ ਪਾਸੇ ਸਿੱਖ ਜਿਹਨਾਂ ਦਾ ਪਲੈਨ ਹੈ ਜੇ ਕੀਤਾ ਉਹ ਸਾਰੀਆਂ ਉਮਰਾਂ ਰਹੀ ਰੁਲ ਗਏ ਜਿਹੜੇ ਦੋ ਸਿੰਘਾਂ ਦੀ ਤਸਵੀਰ ਦਿਖਾਈ ਆ ਹਾਂਜੀ ਉਹ ਤਾਂ ਆ ਗਏ ਸੀ ਪਾਕਿਸਤਾਨ ਤੋਂ ਵਾਪਸ ਉਹ ਤਿੰਨ ਸਿੰਘ ਇੱਕ ਗਜੇਂਦਰ ਸਿੰਘ ਉਹਨਾਂ ਨੇ ਪਿਛਲੇ ਮਹੀਨੇ ਪਾਕਿਸਤਾਨ ਚ ਤਸਵੀਰ ਪਾਈ ਆ ਸਭ ਨੇ ਦੇਖੀ ਹੋਣੀ ਆ ਉਹ ਜੇ ਪਾਕਿਸਤਾਨੀ ਬਾਕੀ ਦੋ ਸਿੰਘ ਪਤਾ ਨਹੀਂ ਇਹ ਦੋ ਸਿੰਘ ਆ ਗਏ ਸੀ ਸਭ ਦਾ ਹੁੰਦਾ ਯਾਰ ਸਾਡਾ ਧੀ ਪੁੱਤ ਕੈਨੇਡਾ ਅਮਰੀਕਾ ਜਾਵੇ ਉਹ ਵੀ ਗਏ ਸੀ ਇਹ ਜਿਹੜੇ ਦੋ ਸਿੰਘ ਦਿਖਾਈ ਤੁਹਾਨੂੰ ਦਿੱਲੀ ਦੇ ਪਟਿਆਲਾ ਹਾਊਸ ਮੋਰੇ ਤਸਵੀਰ ਤੇ ਇਹਨਾਂ ਨੂੰ ਡਿਪੋਰਟ ਕਰਤਾ ਗਿਆ ਸੀ ਕੈਨੇਡਾ ਅਮਰੀਕਾ ਤੋਂ ਉਹੀ ਪਲੇਨ ਦੇ ਚੱਕਰ 'ਚ ਹੀ ਹਾਂਜੀ ਤੇ ਇਹਨਾਂ ਦੇ ਵਕੀਲ ਸੀ ਇੱਕ ਆਪਣੀ ਹਿੰਦੂ ਪਰਿਵਾਰ ਦੀ ਕੁੜੀ ਉਹਨਾਂ ਦਾ ਵੀ ਧੰਨਵਾਦ ਇੱਕ ਭੰਡਾਰੀ ਸੀ ਕੁੜੀ ਦਾ ਨਾਂ ਤੇ ਹਾਂਜੀ ਆ ਜਿਹੜੀ ਗੱਲ ਆ ਆ ਭੋਲਾ ਨਾਸ ਤੇ ਦਵਿੰਦਰ ਨੇ ਵੀ ਇੰਦਰਾ ਨੂੰ ਛਡਾਉਣ ਲਈ ਕੀਤਾ ਇਹਨਾਂ ਨੂੰ ਕੋਈ ਜੇਲ ਨਹੀਂ ਕੋਈ ਤੜੀਪਾਰ ਨਹੀਂ ਕੋਈ ਦੇਸ਼ ਤੋਂ ਬਾਹਰ ਨਹੀਂ ਕੀਤਾ ਗਿਆ ਇਹਨਾਂ ਨੂੰ ਕੀ ਕੀਤਾ ਗਿਆ ਇਹਨਾਂ ਨੂੰ ਬਾਈ ਜੀ ਵਿਧਾਨ ਸਭਾ ਤੇ ਲੋਕ ਸਭਾ 'ਚ ਜਿਤਾ ਕੇ ਗਾਂਹ ਭੇਜਿਆ ਗਿਆ ਹਾਂਜੀ ਇਹਨੇ ਵੀ ਪਲੇਨ ਆਸ਼ੇਕ ਕੀਤਾ ਹਾਂਜੀ ਇੰਦਰਾਮੀ ਛਡਾਉਣ ਲਈ ਸਿੰਘਾਂ ਨੇ ਵੀ ਪਲੇਨ ਹਾਈਜੈਕ ਕੀਤਾ ਸੰਤਾਨ ਛਡਾਉਣ ਲਈ ਉਹਨਾਂ ਦੀ ਸਾਰੀ ਉਮਰ ਉਹ ਤਿੰਨ ਸਿੰਘ ਪਤਾ ਨਹੀਂ ਹੁਣ ਕਿੱਥੇ ਆ ਉਹ ਸਾਰੀ ਉਮਰ ਲੰਗੀ ਹਾਂਜੀ ਇਹ ਜਿਹੜੇ ਦੋ ਸਿੰਘਾਂ ਦੀ ਤਸਵੀਰ ਦਿਖਾਈ ਆ ਇਹ ਪਹਿਲਾਂ ਪਾਕਿਸਤਾਨ ਦੀਆਂ ਜੇਲਾਂਾਂ 'ਚ ਰਹੇ ਸਨ 94 ਤੱਕ ਫਿਰ ਭਾਰਤ ਦੀਆਂ ਅਦਾਲਤਾਂ 'ਚ ਧੱਕੇ ਖਾਂਦੇ ਰਹੇ ਤੁਸੀਂ ਇਹ ਹਿਸਾਬ ਲਾ ਲਓ ਇਹ 2 ਸੰਵਧਾਨੀ ਤੱਕ ਕੀ ਆ ਦੇਖੋ ਤਾਂ ਹੈ ਉਮਰਾਂ ਬੀਤ ਗਈਆਂ ਜਦੋਂ ਪਲੇਨ ਹਾਈਜੈਕ ਕੀਤਾ ਸੀ 81 ਤੋਂ ਲੈ ਕੇ 36 ਸਾਲ ਬਾਅਦ ਲਾ ਲਓ 2017 18 ਕਿੰਨੀ ਉਮਰ ਲੰਗੀ ਸਹੀ ਹੈ ਨਾ ਸੋ ਇਹ ਆ ਭਾਰਤ ਦੇ ਦੋ ਸੰਵਿਧਾਨ ਤੇ ਹੋਰ ਦਿਖਾਉਣਾ ਤੁਹਾਨੂੰ ਤੇ ਆਪਣਾ ਬਾਈ ਜੀ ਰੈਫਰੈਂਡਮ ਦਾ ਹੋਇਆ ਮੈਲਬੌਰਨ ਚ ਵਧੀਆ ਗੱਲ ਆ ਹੋਣਾ ਚਾਹੀਦਾ ਸਾਰੇ ਪਾਸੇ ਹੋਣਾ ਚਾਹੀਦਾ ਠੀਕ ਆ ਨਾ ਆਪਾਂ ਕਹਿੰਨੇ ਆ ਵੀ ੱੱੱਕਾ ਹੁੰਦਾ ਸਿੱਖਾ ਨਾਲ ਮੈਂ ਤਾਂ ਮੰਨਦਾ ਆ ਦੇਖ ਸਕਦੇ ਆ ਪਰ ਮੇਰਾ ਕੰਮ ਆ ਤੁਹਾਡੇ ਤੱਕ ਰਿਪੋਰਟ ਪਹੁੰਚਾਉਣੀ ਸੋ ਮੈਲਬੌਰਨ ਖਾਲਸਤਾਨ ਰੈਫਰੈਂਡਮ ਰੈਲੀ ਆਸਟ੍ਰੇਲੀਅਨ ਅਫੀਸ਼ੀਅਲ ਐਗਜ਼ਮਾਈਨਿੰਗ ਵੀਜ਼ਾ ਕੰਡੀਸ਼ਨਸ ਆਫ ਆਰਗੇਨਾਈਜ਼ਰਸ ਸੋ ਜਿਹੜਾ ਜਿਨ੍ਹਾਂ ਨੇ ਮਤਲਬ ਪਈਏ ਪੂਰੀ ਨਿਗ੍ਹਾ ਰੱਖ ਰਹੇ ਆ ਵੀ ਕੌਣ ਕੌਣ ਉੱਥੇ ਇੰਡੀਆ ਵਾਲੇ ਪਾ ਆਸਟ੍ਰੇਲੀਆ ਜਿਹੜਾ ਰੈਫਰੈਂਡਮ ਹੋਣਾ ਕੌਣ ਮੂਰੀ ਆ ਕੌਣ ਨਾਰੇ ਲਾਉਂਦਾ ਆ ਦੇਖ ਸਕਦੇ ਆ ਸੋ ਇਹ ਰਿਪੋਰਟ ਆਈ ਆ ਇਹ ਪੂਰਾ ਲੇਖ ਤੁਹਾਨੂੰ ਦਿਖਾ ਦੂੰਗਾ ਤੇ ਦੂਜੀ ਗੱਲ ਹੋਰ ਦਿਖਾਉਣਾ ਇਹਦੇ ਨਾਲ ਲੱਗਦੀ ਜਿਹੜੀ ਸੋ ਸਿੱਖਾਂ ਦਾ ਆਪਣਾ ਮੈਂ ਵੀ ਸਿੱਖੇ ਪਰਿਵਾਰ ਚ ਜੰਮਿਆ ਇੰਦਰਜੀਤ ਸਿੰਘ ਜਸਵਾਲ ਸਾਡਾ ਸਭ ਤੋਂ ਵੱਡਾ ਬਹਿਵੇਂ ਆ ਸਾਨੂੰ ਯੂਨਾਈਟਿਡ ਨੇਸ਼ਨ ਮਦਦ ਕਰੂ ਸਾਨੂੰ ਅਮਰੀਕਾ ਮਦਦ ਕਰੂ ਇੰਗਲੈਂਡ ਕਰੂ ਆਸਟ੍ਰੇਲੀਆ ਕਰੂ ਕਿਸੇ ਨੇ ਮਦਦ ਨਹੀਂ ਕਰਨੀ ਹਾਂਜੀ ਹੱਕ ਤੁਹਾਨੂੰ ਆਪ ਹੀ ਲੈਣੇ ਪੈਣੇ ਆ ਜੋ ਚਾਹੋਨੇ ਆ ਹਾਂਜੀ ਜੇ ਤੁਸੀਂ ਕਹਿੰਦੇ ਇੰਗਲੈਂਡ ਮਦਦ ਕਰੂ ਉਹ ਤਾਂ ਮਾਰਗਰੇਟਾ ਥੱਚਰ ਖੱਚਰ ਪ੍ਰਧਾਨ ਮੰਤਰੀ ਸੀ ਉਸ ਸਮੇਂ ਦੀ ਦਰਬਾਰ ਸਾਹਿਬ ਤੇ ਟੈਗ ਚੂਦਾ ਵੀ ਹੱਥ ਸੀ ਇੰਗਲੈਂਡ ਕਿੱਥੋਂ ਮਦਦ ਕਰ ਦੂ ਜੱਗੀ ਜੋਲ ਤਾਂ ਉਹ ਨਹੀਂ ਛਡਾਇਆ ਨਹੀਂ ਅਜੇ ਤੱਕ ਉਹਨਾਂ ਨੂੰ ਕੀ ਲੈਣਾ ਦੇਣਾ ਸਿੱਖਣਾ ਅਮਰੀਕਾ ਦਾ ਸਭ ਤੋਂ ਵੱਧ ਹਥਿਆਰ ਭਾਰਤ ਨੂੰ ਵੇਚ ਰਿਹਾ ਸਭ ਤੋਂ ਵੱਡੀ ਮੰਡੀ ਦੁਨੀਆ ਦੀ ਭਾਰਤ ਉਹ ਨਹੀਂ ਕਹਦੇ ਸਿੱਖਾਂ ਦੀ ਮੈਂ ਮਦਦ ਕਰਨੀ ਆ ਹਾਂਜੀ ਸੋ ਕੈਨੇਡਾ ਚ ਆਲਿਆਂ ਦਾ ਵੀ ਇੱਥੇ ਬਿਆਨ ਆ ਗਿਆ ਸੀ ਸੁਣੇ ਹੀ ਲਿਆ ਹੋਣਾ ਤੁਸੀਂ ਭਈ ਆਪਾਂ ਇਹ ਨਾ ਗਤੀਵਿਧੀਆਂ ਦਾ ਵਿਰੋਧ ਕਰਦੇ ਹਾਂ ਖਾਲਸਤਾਨ ਵਾਲਿਆਂ ਦਾ ਉਹ ਫੋਟੋ ਮੈਂ ਐਡ ਹੋਈ ਨਹੀਂ ਕਰ ਦੂੰ ਆਹ ਕੌਣ ਆਸਟ੍ਰੇਲੀਆ ਦੀ ਡਿਪਟੀ ਹਾਈ ਕਮਿਸ਼ਨਰ ਆ ਰਿਹਾ ਇੰਡੀਆ ਚ ਜਿਹੜੇ ਬੀਜੇ ਬੂਜੇ ਦਿੰਦੇ ਆ ਭਾਰਤ ਵਾਲਿਆਂ ਨੂੰ ਆਸਟ੍ਰੇਲੀਆ ਦੇ ਵਾਟ ਐਵਰ ਇਹ ਉਹ ਆ ਤੇ ਇਹ ਦਾ ਜੋਗੀ ਨਾਲ ਮਿਲ ਕੇ ਪਈ ਪੂਰੀ ਖੋਸ਼ਿਆ ਪਈ ਜੂਪੀ ਮਾਡਲ ਆਪਾਂ ਆਸਟ੍ਰੇਲੀਆ ਚ ਲੈ ਕੇ ਜਾਣਾ ਸਾਰਾ ਕੁਝ ਸੋ ਤੁਸੀਂ ਮਤਲਬ ਦੁਨੀਆ ਚ ਕਿਤੇ ਵੀ ਭੁੱਲ ਜਾਓ ਵੀ ਤੁਹਾਡੀ ਕੋਈ ਗਵਰਨਮੈਂਟ ਮਦਦ ਕਰੂਗੀ ਹਾਂਜੀ ਹੁਣ ਆਪਣਾ ਅ ਸ਼ਾਇਦ ਪਟੀਸ਼ਨ ਹੋ ਰਹੀ ਆ ਸਾਈਨ ਹੋ ਰਹਾ ਸਿੱਖਾਂ ਸਿੱਖਾਂ ਪ੍ਰिजनਰ ਨੂੰ ਛਡਾਉਣ ਲਈ ਇਦਾਂ ਨਹੀਂ ਛੱਡਦੇ ਹੋ ਇਦਾਂ ਨਹੀਂ ਚੀਜ਼ਾਂ ਵਰਕ ਕਰਦੀਆਂ ਚਲੋ ਪਟੀਸ਼ਨਾਂ ਤੁਸੀਂ ਕਦੋਂ ਦੇ ਪਾਉਨੇ ਆਉਨੇ ਆ ਸਾਈਨ ਕਰਦੇ ਆਉਨੇ ਕਰੋ ਮੈਂ ਤਾਂ ਕਹਿੰਦਾ ਮੈਂ ਕਹਿੰਦਾ ਨਹੀਂ ਕਰੋ ਪਰ ਇਹਨਾਂ ਚੀਜ਼ਾਂ ਵਰਕ ਨਹੀਂ ਕਰਦੀਆਂ ਤੁਹਾਡੇ ਸਾਹਮਣੇ ਐਗਜ਼ਾਮਪਲ ਸਭ ਤੋਂ ਵੱਡੀ ਦੇ ਦਿੱਤੀ ਰਸ਼ੀਆ ਵਾਲਿਆਂ ਨੇ ਆਪਣਾ ਕੈਦੀ ਛਡਾ ਲਿਆ ਮੌਦਾ ਵਪਾਰੀ ਤੇ ਅਮਰੀਕਾ ਵਾਲਿਆਂ ਨੇ ਆਪਣੀ ਕੈਦੀ ਛਡਾ ਲਈ ਹਾਂਜੀ ਆਪਣੀ ਸਿਟੀਜ਼ਨ ਛਡਾ ਲਈਆ ਸੋ ਇਹ ਗੋਰੇ ਦਿਮਾਗ ਨਾਲ ਚੱਲਦੇ ਆ ਇਹ ਜਿੱਥੇ ਦੇਖਦੇ ਸਾਡਾ ਫਾਇਦਾ ਉਧਰ ਨੂੰ ਹੋ ਜਾਂਦੇ ਜਿੱਦ ਤੇ ਨਹੀਂ ਰਹਿੰਦੇ ਵੀ ਆਪਾਂ ਜਿੱਦ ਰੱਖਣੀ ਅਮਰੀਕਾ ਰਸ਼ੀਆ ਦੀ ਕਿੰਨੀ ਲੱਗਦੀ ਸੀ ਅਜੇ ਵੀ ਲੱਗਦੀ ਆ ਸਪੇਸ ਸਟੇਸ਼ਨ 'ਚ ਨਾ ਦੋਨਾਂ ਦੇ ਐਸਟਰੋਨੌਟ ਇਕੱਠੇ ਬੈੰਦੇ ਖਾਂਦੇ ਪੀਂਦੇ ਸਾਰਾ ਕੁਝ ਕਰਦੇ ਆ ਸਹੀ ਹੈ ਨਾ ਆਪਾਂ ਦਾ ਬਈ ਜਿੱਥੇ ਸਾਡੀ ਇੱਕ ਵਾਰੀ ਦੁਸ਼ਮਣੀ ਪੈ ਗਈ ਆਪਾਂ ਤੈਨੂੰ ਮੂੰਹ ਹੀ ਨਹੀਂ ਲਾਉਣਾ ਆਪਾਂ ਤਾਂ ਇਦਾਂ ਹੀ ਆ ਉਦਾਂ ਹੀ ਆ ਗੋਰੇ ਚੱਲਦੇ ਦਿਮਾਗ ਨਾਲ ਆਪਾਂ ਬਸ ਜਿੱਦਵਾਜੀ'ਚ ਮਾਰੇ ਜਾਂਦੇ ਆ ਆਹ ਲਓ ਭੋਲਾ ਨਾਥ ਤੇ ਦਵਿੰਦਰ ਨਾਥ ਫੇਕ ਇੰਦਰਾ ਦਾ ਆਸ਼ੀਰਵਾਦ ਲੈਣ ਗਏ ਸੀ ਵੀ ਤੈਨੂੰ ਛਡਾਉਣ ਲਈ ਆਪਾਂ ਹਾਈ ਜੈਕ ਕੀਤਾ ਨਾ ਇਹਨਾਂ ਨੂੰ ਜੇਲ੍ਹ ਹੋਈ ਸਗੋਂ ਐਮਪੀ ਐਮਐਲਏ ਬਣ ਗਏ ਇਹ ਤਾਂ ਹਿਸਾਬ ਆ ਪ੍ਰਭੂ ਸੋ ਮੈਂ ਥੋੜਾ ਮੈਂ ਜਿੱਦਾਂ ਬਈ ਲਾਈਕ ਮੇਰਾ ਦਿਲ ਜੇ ਤੇਜ਼ ਧੜਕਣ ਲੱਪਿਆ ਥੋੜਾ ਤਾਂ ਸਲੋ ਬੁਸਣ ਲੱਪਿਆ ਨਹੀਂ ਤਾਂ ਮੈਨੂੰ ਹਨਾ ਸਮਝਦੇ ਨਾ ਤੇ ਬਾਕੀ ਮੈਨੂੰ ਜੋ ਮੈਂ ਬੋਲਦਾ ਮੈਨੂੰ ਕੀ ਮਿਲਿਆ ਆ ਵੀ ਵੀਡੀਓ ਪਾ ਦੂੰ ਜਿਨ੍ਹਾਂ ਨੇ ਨਹੀਂ ਸੁਣੀ ਭਾਰਤ ਦੇ ਨਿਊਜ਼ ਚ ਮੈਨੂੰ ਅਤਵਾਦੀ ਕਿਹਾ ਗਿਆ ਇੰਡੀਆ ਟੀਵੀ ਇਹਨਾਂ ਨੇ ਮੇਰੀ ਆਡੀਓ ਪਾਈ ਸੀ ਬੈਂਕੂਬਰ ਕਿਸਾਨ ਰੈਲੀ ਚ ਕਈਆਂ ਨੇ ਨਹੀਂ ਸੁਣੀ ਹੋਣੀ ਮੈਂ ਆਪਣੇ ਇਸੇ ਪੇਜ ਤੇ ਪਾ ਦੂੰ ਸੁਣ ਲਿਓ ਸੋ ਮੇਰੇ ਤੇ ਟੈਗ ਲੱਗਾ ਹੋਇਆ ਆ ਤੇ ਮੈਂ ਅਤਵਾਦੀ ਹਾਂ ਤੇ ਕੈਨੇਡਾ ਚ ਰਹਿਣਾ ਆ ਆ ਦੇਖ ਸਕਦੇ ਆ ਬੈਨਰ ਪੋਸਟਰ ਕੇ ਸਾਥ ਆਇ ਖਾਲਸਤਾਨੀ ਸਮਰਥਕ ਉਹ ਕਰਲਾ ਕੁਛ ਮੋਦੀ ਇਹ ਮੇਰੀ ਆਵਾਜ਼ ਆ ਮੇਰੀ ਆਡੀਓ ਨਹੀਂ ਇੰਡੀਆ ਟੀਵੀ ਜੀ ਟੀਵੀ ਕਈ ਟੀਵੀਆਂ ਨੇ ਪਾਈ ਸੀ ਤੇ ਪਿੱਛੇ ਹਿੰਦੀ ਚ ਲਿਖਦੇ ਆ ਜੋ ਵੀ ਮੈਂ ਪੰਜਾਬੀ ਚ ਬੋਲਦਾ ਪਈ ਇੱਕ ਅੱਤਵਾਦੀ ਆਇਆ ਸੜਕਾਂ ਤੇ ਉਹ ਇਦਾਂ ਬੋਲਿਆ ਮੋਦੀ ਨੂੰ ਇਹ ਮੇਰੀ ਆਵਾਜ਼ ਮੈਂ ਤੁਹਾਨੂੰ ਸੁਣਾ ਦੂੰਗਾ ਤੇ ਦਿਖਾ ਸੋਣ ਲਿਓ ਸਾਰੀ ਪ੍ਰੋਪਰ ਤੇ ਮੈਨੂੰ ਕੀ ਮਿਲਿਆ ਟੈਗ ਮੈਨੂੰ ਕਿਹੜੇ ਮਿਲੇ ਉਹ ਉਹੀ ਗੱਲ ਫਿਰ ਹੋ ਜਾਂਦੀ ਆ ਹੁਣ ਨਾ ਪਿੱਛੇ ਮੁੜਨ ਜੁੱਖੇ ਆ ਨਾ ਤੇ ਉਖਲੀ ਚ ਸਿਰ ਦਿੱਤਾ ਮੋਹਲਿਆਂ ਦਾ ਕੀ ਡਰ ਹੁਣ ਤਾਂ ਇੱਕ ਵਾਰ ਸੇ ਜਿੱਦਰ ਨੂੰ ਹੋ ਗਿਆ ਜਿਹੜੇ ਟੈਗ ਲੱਗਣੇ ਸੀ ਜੋ ਆਪਾਧੀਆਂ ਮਿਲਣੀਆਂ ਸੀ ਉਹ ਤਾਂ ਮਿਲ ਗਈਆਂ ਸਹੀ ਹੈ ਨਾ ਪਰ ਅਜੇ ਵੀ ਮੈਂ ਕਿਸੇ ਨੂੰ ਨਹੀਂ ਕਹਿੰਦਾ ਭਾਰਤ ਦਾ ਝੰਡਾ ਸਾਡੋ ਭਾਰਤ ਦਾ ਪਾਸਪੋਰਟ ਸਾਡੋ ਉਹ ਚੀਜ਼ਾਂ ਉਹਦਾ ਫਾਇਦਾ ਹੀ ਕੋਈ ਨਹੀਂ ਉਹ ਚੀਜ਼ਾਂ ਵਰਕ ਹੀ ਨਹੀਂ ਕਰਦੀਆਂ ਇੱਕ ਇੰਟਰਵਿਊ ਮੇਰੇ ਸਾਹਮਣੇ ਆਇਆ ਸ਼ਾਇਦ ਤੁਸੀਂ ਵੀ ਸੁਣੀ ਹੋਣੀ ਇੱਕ ਪੰਜਾਬ ਚੀ ਮੁੰਡਾ ਚੱਕਿਆ ਆ ਉਹ ਕਹਿੰਦੇ ਵੀ ਬਾਹਰ ਕਿਸੇ ਇਨਸਾਨ ਦੀਆਂ ਬਾਹਰਲੇ ਇਨਸਾਨ ਦੀਆਂ ਗੱਲਾਂ ਚ ਆ ਗਿਆ ਵਿਚਾਰਾ ਅਜੇ ਤੱਕ ਜੇਲ੍ਹ ਚ ਹੈ ਉਹਦੀ ਮਾਂ ਤੇ ਤਾਂ ਪਤਨੀ ਰੋਂਦੀਆਂ ਦੇਖ ਨਹੀਂ ਹੁੰਦੀਆਂ ਕਹਿੰਦੇ ਸ਼ਾਇਦ ਬੱਸ ਚਲਾਉਂਦਾ ਸੀ ਖਰੇ ਬੈਂਚ ਚਲਾਉਂਦਾ ਸੀ ਵਿਚਾਰਾ ਇੱਥੋਂ ਬਾਹਰੋਂ ਹੀ ਕਿਸੇ ਨੇ ਕਿਹਾ ਇਦਾਂ ਕਰ ਦੇ ਇਦਾਂ ਕਰ ਦੇ ਜੇਲ੍ਹ ਚ ਹੈ ਕੋਈ ਨਹੀਂ ਪੁੱਛਦਾ ਪ੍ਰਭੂ ਕੋਈ ਨਹੀਂ ਪੁੱਛਦਾ ਹਾ ਮੇਰਾ ਹਿੰਦੀ ਚ ਸਵਾਲ ਸਪੈਸ਼ਲ ਭਾਰਤ ਸਰਕਾਰ ਨੇ ਕਿਹਾ ਸੀ ਟਵਿੱਟਰ ਨੂੰ ਉਹ ਦੇਖ ਸਕਦੇ ਆ ਮੇਰਾ ਅਕਾਊਂਟ ਇੰਡੀਆ ਚ ਬੈਨ ਹੋ ਗਿਆ ਸੀ ਟਵਿੱਟਰ ਦਾ ਹਿੰਦੀ ਚ ਸਵਾਲ ਅਕਾਊਂਟ ਹੈਜ਼ ਬਿਥ HELD ਇਨ ਇੰਡੀਆ ਇਨ ਅ ਰਿਸਪੌਂਸ ਫਰੋਮ ਇੰਡੀਅਨ ਗਵਰਨਮੈਂਟ ਸੋ ਮੈਨੂੰ ਪਤਾ ਆ ਭਾਰਤ ਸਰਕਾਰ ਨੂੰ ਮੇਰੇ ਬਾਰੇ ਪਤਾ ਆ ਪਰ ਮੈਂ ਕਿਸੇ ਨੂੰ ਪੜਕਾਉਂਦਾ ਨਹੀਂ ਬਾਹਰ ਬਹਿ ਕੇ ਵੀ ਆਪ ਤਾਂ ਮੈਂ ਸਰੀ ਚ ਬੈਠਾ ਲੋਕਾਂ ਨੂੰ ਮੈਂ ਕਹਿ ਦੂੰ ਜਾ ਕੇ ਅੱਗ ਲਾ ਦੋ ਉੱਥੇ ਮੈਂ ਕਹਤੇ ਕਮਾਂ ਯਾਰ ਇਹ ਚੀਜ਼ਾਂ ਵਰਕ ਹੀ ਨਹੀਂ ਕਰਦੀਆਂ ਮੈਂ ਜਸਟ ਜਾਗਰੂਕ ਕਰਨਾ ਚਾਹੁੰਨਾ ਇਹ ਸਿਸਟਮ ਕਿੱਦਾਂ ਵਰਕ ਕਰਦੇ ਆ ਆਪਾਂ ਬਹਿਮ ਚ ਰਹਿਨੇ ਆ ਵੀ ਇਦਾਂ ਨਹੀਂ ਜੀ ਇਦਾਂ ਹੋ ਜਾਂਦੀ ਐ ਇਦਾਂ ਨਹੀਂ ਇਦਾਂ ਹੁੰਦੀ ਐ ਆ ਜਿਹੜੀ ਆ ਰਸ਼ੀਆ ਅ ਅਮਰੀਕਾ ਵਾਲੀ ਦਿਖਾਈ ਆ ਇਹਨੂੰ ਚੱਕਿਆ ਸੀਗਾ 17 ਤਰੀਕ ਨੂੰ ਐਸੇ ਮਹੀਨੇ ਦੀ ਨੂੰ ਗ੍ਰੀਨਰ 6 ਫੁੱਟ 9 ਇੰਚ ਦੀ ਆ ਸੋ ਰਸ਼ੀਆ ਵਾਲਿਆਂ ਨੇ ਚੱਕੀ ਸੀਗੀ ਹੈਸ਼ ਔਇਲ ਆ ਵੇਪੋਰਾਇਜ਼ਰ ਕੱਲ ਮੈਂ ਕੀਤੀ ਸੀ ਨਾ ਗੱਲ ਵੇਪ ਪੀਂਦੀਆਂ ਇੱਥੇ ਕੁੜੀਆਂ ਕਈਆਂ ਨੂੰ ਉਹੀ ਕਮੈਂਟ ਆ ਭਾਜੀ ਵੇਪ ਕੀ ਹੁੰਦਾ ਉਹ ਦੱਸ ਦੂੰਗਾ ਆ ਵੇਪੋਰਾਇਜ਼ਰ ਇਹੀ ਹੁੰਦਾ ਵੇਪ ਦਾ ਹਨਾ ਸੋ ਇੱਕੋ ਸੀਗਾ ਪਈ ਹੈਸ਼ ਆਇਲ ਸੀਗਾ ਹਨਾ ਅਮਰੀਕਾ ਚ ਨੈਰੀਜ਼ ਉਹਨਾ ਸ਼ੀ ਹੈਡ ਬੀਨ ਪ੍ਰੈਸਕ੍ਰਾਈਬਡ ਮੈਡੀਕਲ ਕੈਨਾਬਿਸ ਪਈ ਅਮਰੀਕਾ ਚ ਤਾਂ ਇਹਦਾ ਚੱਲ ਜਾਂਦਾ ਸੀ ਡਾਕਟਰ ਤੋਂ ਲਿਖਾਇਆ ਆ ਪਈ ਇਹਨੂੰ ਪੀਣਾ ਪੈਂਦਾ ਜਾਂ ਖਾਣਾ ਪੈਂਦਾ ਜੂਵੀ ਦੇ ਵੀ ਨਾ ਨਹੀਂ ਰਹਿ ਸਕਦੀ ਵਿੱਚ ਇਜ਼ ਇਲੀਗਲ ਇਨ ਰਸ਼ੀਆ ਪਰ ਰਸ਼ੀਆ ਚ ਇਲੀਗਲ ਸੀ ਸੋ ਉਹਨਾਂ ਨੇ ਚੱਕ ਲਈ ਸੀਗੀ ਸੋ ਤੁਸੀਂ ਆਪ ਹਿਸਾਬ ਲਾ ਲਓ ਤੇ ਆ ਬੰਦਾ ਜਿਹਨੇ ਜਿਹਦੇ ਕਰਕੇ ਹਜ਼ਾਰਾਂ ਲੋਕ ਮਰੇ ਹੋਣ ਸਾਰਾ ਕੁਝ ਹੋਵੇ ਜਿਹਨੂੰ ਮੌਤ ਦਾ ਵਪਾਰੀ ਕਿਹਾ ਜਾਂਦਾ ਹੋਵੇ ਕਿੱਥੋਂ ਛੱਡਣਾ ਸੀ ਨਹੀਂ ਅਮਰੀਕਾ ਵਾਲਿਆਂ ਨੇ ਹਨਾ ਸੋਈ ਨੂੰ ਛੱਡਤਾ ਆ ਆ ਦੇ ਅਮਰੀਕਾ ਵਾਲਿਆਂ ਨੇ ਡੀਈਏ ਡਿਪਾਰਟਮੈਂਟ ਆ ਇਹ ਡਿਪਾਰਟਮੈਂਟ ਨਸ਼ੇ ਵਾਲਾ ਡਿਪਾਰਟਮੈਂਟ ਹੈ ਅਮਰੀਕਾ ਦਾ ਜਿੱਦਾਂ ਐਫਬੀਆਈ ਹੈ ਸਾਰੀਆਂ ਚੀਜ਼ਾਂ ਦੇ ਇਹਨਾਂ ਦੇ ਡਿਪਾਰਟਮੈਂਟ ਆ ਤੇ ਆ ਆਈ ਥਿੰਕ ਡਿਪਾਰਟਮੈਂਟ ਆਫ ਇਨਫੋਰਸਮੈਂਟ ਲਾਈਕ ਇਦਾਂ ਦਾ ਆ ਇਹ ਡਰੱਗ ਨਾਲ ਇਹਨਾਂ ਦਾ ਡੀਈਏ ਲਿਖਿਆ ਨਾ ਅਮਰੀਕਾ ਵਾਲਿਆਂ ਦਾ ਡਰੱਗ ਵਾਲਿਆਂ ਨਾਲ ਇਹ ਡੀਲ ਕਰਦੇ ਉਹ ਡਿਪਾਰਟਮੈਂਟ ਆ ਸੋ ਆ ਆ ਜੀ ਮੌਤ ਦਾ ਵਪਾਰੀ ਜਿਹਦਾ ਨਾ ਹੀ ਮੌਤ ਦਾ ਵਪਾਰੀ ਆ ਸੋ ਅਮਰੀਕਾ ਨੇ ਕਿੱਥੋਂ ਛੱਡਣਾ ਸੀ ਸਾਰੀ ਕੁਮਰ ਛੱਡਤਾ ਨਾ ਸੋ ਉਹ ਆਪਣੇ ਦਿਮਾਗ ਨਾਲ ਸਾਰਾ ਕੁਝ ਆਪਣਾ ਕਰਾ ਰਿਆ ਅਸੀਂ ਜਜਵਾਤੀ ਹੋ ਕੇ ਇਦਾਂ ਹੋ ਜੂ ਓਦਾਂ ਹੋ ਜੂ ਸੋ ਸੋਚਣ ਵਾਲੀ ਗੱਲ ਆ ਡੀਪਲੀ ਸਰਕਾਰ ਨੇ ਤਰਕ ਕੀ ਦਿੱਤਾ ਵੀ ਆਪਾਂ ਸਿੱਖ ਕੈਦੀ ਕਿਉਂ ਨਹੀਂ ਛੱਡ ਰਿਆ ਵੀ ਪੰਜਾਬ ਦਾ ਮਾਹੌਲ ਖਰਾਬ ਹੋ ਜੂ ਉੱਥੇ ਇਦਾਂ ਆ ਉੱਥੇ ਓਦਾਂ ਆ ਸੋ ਜਾਂਦਾ ਆਂਦਾ ਇਹੀ ਕਹਿਣਾ ਚਾਹੁੰਦਾ ਵੀ ਸੋਚਿਓ ਪ੍ਰਧਾਨ ਮੰਤਰੀ ਨੂੰ ਮਾਰਨ ਵਾਲੀ ਜੇਲ੍ਹ ਤੋਂ ਬਾਹਰ ਕਿਉਂ ਆ ਤੇ ਮੁੱਖ ਮੰਤਰੀ ਨੂੰ ਮਾਰਨ ਵਾਲੇ ਜੇਲ੍ਹ ਦੇ ਅੰਦਰ ਕਿਉਂ ਆ ਸੋਚਿਓ ਵਿਚਾਰ ਕਰਿਓ ਸਹੀ ਆ ਨਾ ਤੇ ਬਾਕੀ ਬੱਬੀ ਵਾਲਾ ਵੀਰ ਦਾ ਵੀ ਧੰਨਵਾਦ ਤੇ ਇਹ ਰਹੀ ਗੱਲ ਆ ਸਾਨੂੰ ਅਜੇ ਤਾਂ ਕਹੀ ਨਹੀਂ ਪਤਾ ਸਾਡੇ ਨਾਲ ਕੌਣ ਐ ਤੇ ਸਾਡਾ ਵਿਰੋਧੀ ਕੌਣ ਆ ਹੈ ਸੋ ਜਗਤ ਨਾਰਾਇਣ ਨੂੰ ਕਿਉਂ ਮਾਰਿਆ ਸੀ ਸੰਤ ਜਰਨੈਲ ਸਿੰਘ 20 ਤਰੀਕ ਨੂੰ 81 ਚ ਕਿਉਂ ਜੇਲ੍ਹ ਚ ਕਿਹੜੇ ਕੀ ਦੇ ਕਤਲ ਦੇ ਮਾਮਲੇ ਚ ਭੇਜੇ ਸੀ ਜਾਂ ਜੋ ਵੀ ਆ ਪੜਿਓ ਸਟੱਡੀ ਕਰਿਓ ਸੋ ਜਿਹੜੇ ਸਾਡੇ ਵਿਰੋਧੀ ਸੀ ਬੈਰੀ ਸੀਗੇ ਲਾਲਾ ਜਗਤ ਨਾਰਾਇਣ ਜਗਵਾਣੀ ਵਾਲੇ ਆਪਾਂ ਅਜੇ ਵੀ ਉਹਨਾਂ ਦੀ ਫਾਈਨੈਂਸ਼ਲੀ ਸਪੋਰਟ ਕਰ ਰਹੇ ਆਂ ਉਹਨਾਂ ਦੀਆਂ ਵੀਡੀਓ ਦੇਖ ਰਹੇ ਆਂ ਫੇਸਬੁੱਕ ਤੇ ਉਹਨਾਂ ਦੀਆਂ ਅਖਬਾਰਾਂ ਪੜ ਰਹੇ ਆਂ ਸੋ ਕਿੱਥੋਂ ਆਪਾਂ ਕਹਿੰਨੇ ਆ ਹਨਾ ਵੀਡੀਓ ਜ਼ਿਆਦਾ ਲੰਬੀ ਨਹੀਂ ਕਰਦਾ ਅਵੀ ਐਕਸਪਲੇਨ ਕਰੂੰ ਹੁਣ ਨੈਕਸਟ ਵੀਡੀਓ ਚ ਕਿਦਾਂ ਪਲੈਸਟਾਈਨ ਦਾ ਜਿਹੜਾ ਉਹ ਨਹੀਂ ਦਿਖਾਇਆ ਵੀ ਸਾਡੇ ਨਾਲ ਇਜ਼ਰਾਇਲ ਧੱਕਾ ਕਰ ਰਿਹਾ ਸਾਰੀ ਦੁਨੀਆ ਤੱਕ ਉਹ ਨਹੀਂ ਆਵਾਜ਼ ਕਿਦਾਂ ਪਹੁੰਚਾਤੀ ਆ ਤੇ ਅਸੀਂ ਕਿਉਂ ਨਹੀਂ ਆਪਣੀ ਆਵਾਜ਼ ਪਹੁੰਚਾ ਸਕੇ ਸਾਰੀ ਦੁਨੀਆ ਚ ਵੀ ਸਾਡੇ ਨਾਲ ਧੱਕਾ ਹੋ ਰਿਹਾ ਉਹ ਵੀ ਐਕਸਪਲੇਨ ਕਰੂੰਗਾ ਤੇ ਜਾਂਦਿਆਂ ਦੇ ਰਿਕਵੈਸਟ ਇਹੀ ਆ ਜੀ ਵੀਡੀਓ ਵੱਧੋ ਵੱਧ ਸ਼ੇਅਰ ਕਰੋ ਸਭ ਤੱਕ ਪਹੁੰਚਾਓ ਤੇ ਆਪਣੇ ਵਿਚਾਰ ਜ਼ਰੂਰ ਦਿਓ ਵੀ ਸਿੱਖ ਜਿਹੜੇ ਆਪਣੇ ਹਾਂਜੀ ਸਜ਼ਾਾਂ ਮਾ ਭੁਗਤ ਕੇ ਵੀ ਜੇਲ੍ਹਾਂ ਚ ਕਿਉਂ ਆ ਕਾਰਨ ਕੀ ਆ ਰਖਾ ਕੇ ਉਹ ਨਹੀਂ ਹੋ ਰਿਹਾ ਤੁਸੀਂ ਕੀ ਸੋਚਦੇ ਆ ਵਿਚਾਰ ਜਰੂਰ ਦਿਓ ਜੀ ਤੇ ਸਭ ਨੂੰ ਰਿਕੁਐਸਟ ਆ ਤੁਹਾਡੀ ਸਪੋਰਟ ਦੀ ਲੋੜ ਆ ਆਜ਼ਾਦ ਮੀਡੀਆ ਆ ਜਿਹੜੇ ਮੈਂ ਇਮੀਗ੍ਰੇਸ਼ਨ ਵਾਲਿਆਂ ਦਾ ਦੱਸਿਆ ਸੀ ਕੋਈ ਫਾਰਮ ਨਹੀਂ ਸੀ ਉਹ ਨਹੀਂ ਲੱਖਾਂ ਲੋਕਾਂ ਨੂੰ ਠੱਗਿਆ ਉਹਨਾਂ ਦੀ ਐਡ ਹਜੇ ਵੀ ਸਾਰੇ ਚੈਨਲਾਂ ਤੇ ਚੱਲੀ ਜਾਂਦੀ ਪੰਜਾਬੀ ਚੈਨਲਾਂ ਤੇ ਦੇਖ ਲਿਓ ਭਾਵੇਂ ਸੋ ਚੈਨਲ ਜਿਹੜੇ ਆ ਕਹਿੰਦੇ ਅਸੀਂ ਤੁਹਾਡੇ ਆ ਆਪਾਂ ਤੁਹਾਡਾ ਹੀ ਦੇਖਦੇ ਆ ਹਾਂਜੀ ਆਪਾਂ ਨਿਰਪੱਖ ਨਿਰਵੈਰ ਆ ਆਪਾਂ ਨਿਰਪੱਖ ਆ ਇਹ ਸਭ ਬਿਕਾਊ ਆ ਸਭ ਨੂੰ ਪਤਾ ਵੀ ਯੂਨੀ ਇਮੀਗ੍ਰੇਸ਼ਨ ਵਾਲਿਆਂ ਨੇ ਐਡੀ ਵੱਡੀ ਠੱਗੀ ਮਾਰੀ ਪੰਜਾਬੀ ਲੋਕਾਂ ਨਾਲ ਅਜੇ ਵੀ ਉਹਦੀ ਸਾਰੇ ਪੰਜਾਬੀ ਚੈਨਲਾਂ ਤੇ ਐਡ ਆਉਂਦੀ ਆ ਸੀਡਬਲਿਊਸੀ ਇਮੀਗ੍ਰੇਸ਼ਨ ਦੀ ਕਿਉਂ ਆਉਂਦੀ ਆ ਕਿਉਂਕਿ ਉਹਨਾਂ ਨੂੰ ਤੁਹਾਡੇ ਲੋਕਾਂ ਨਾਲ ਚੈਨਲ ਵਾਲਿਆਂ ਨੂੰ ਕੋਈ ਲੈਣਾ ਦੇਣਾ ਨਹੀਂ ਗਾ ਸਿੱਧੀ ਗੱਲ ਆ ਉਹਨਾਂ ਨੂੰ ਆਪਣੇ ਪੈਸੇ ਨਾਲ ਆ ਠੱਗੀ ਮਾਰੀ ਜਾਣ ਇਮੀਗ੍ਰੇਸ਼ਨ ਵਾਲੇ ਤੁਸੀਂ ਐਡ ਦੇਖ ਕੇ ਉਥੋਂ ਹਨਾ ਸੋ ਜਾਂਦਾ ਜਾਂਦਾ ਆਪਣਾ ਇੱਕ ਹੋਰ ਦੇਸ਼ ਸ਼ੈਨਿਗਨ ਚਾਉਣ ਲੱਗਾ ਆ ਉਹ ਕਿਹੜਾ ਆ ਉਹਦੇ ਬਾਰੇ ਮੈਂ ਦੱਸੂਗਾ ਨੈਕਸਟ ਵੀਡੀਓ ਚ ਹਾਂਜੀ ਤੇ VOTING ਹੋਈ ਸੀ ਕਿਹੜਾ ਦੇਸ਼ ਆ ਤੇ ਕੀ ਰਮਾਨੀਆ ਤੇ ਬਲਗਾਰੀਆ ਵੀ ਆਉਣਗੇ ਉਹਨਾਂ ਬਾਰੇ ਵੀ ਦੱਸਦਾ ਤੇ ਇੱਕ ਦੇਸ਼ ਕਿਹੜਾ ਜਨਵਰੀ ਤੋਂ ਸ਼ੈਨੇਗਨ ਚਾਰਿਆ ਯੂਰੋ ਉੱਥੇ ਚੱਲਣ ਲੱਗਾ ਸਾਰਾ ਤੁਹਾਨੂੰ ਦੱਸਾਂਗੇ ਤੇ ਸਾਰਿਆਂ ਨੂੰ ਰਿਕਵੈਸਟ ਹੈ ਆ ਸਪੋਰਟ ਫਾਈਨੈਂਸ਼ਲੀ ਤੁਹਾਡੀ ਲੋੜ ਆ ਆਪਾਂ ਕਿਸੇ ਦੀ ਐਡ ਨਹੀਂ ਕਰਦੇ ਨਾ ਕਿਸੇ ਇਮੀਗ੍ਰੇਸ਼ਨ ਵਾਲੇ ਠੱਗ ਦੀ ਨਾ ਕਿਸੇ ਪਖੰਡੀ ਬਾਬੇ ਦੀ ਸੋ ਪੈਸੇ ਕਿੱਥੋਂ ਆਉਂਦੇ ਆ ਕਿਤੇ ਆਉ ਵੀ ਨਹੀਂ ਸਹੀ ਆ ਲੈ ਸੋ ਬਾਈ ਜੀ ਸਭ ਨੂੰ ਪਤਾ ਆ ਹਾਂਜੀ ਰਹਿਣ ਸਹਿਣ ਲਈ ਪੈਸਾ ਤਾਂ ਚਾਹੀਦਾ ਹੀ ਆ ਸਭ ਦੀ ਸਪੋਰਟ ਦੀ ਲੋੜ ਆ 16 ਲੱਖ ਫੋਲੋਅਰ ਆ ਪਰ ਕਲਿੱਕ ਉਹੀ 2-300 ਹੀ ਕਰਦਾ ਆ ਸ਼ੇਅਰ ਕਰਿਓ ਬਧੋਬਧ ਜਿਹੜੇ ਵੀ 200 ਲੋਕਾਂ ਨੇ ਸ਼ੇਅਰ ਕੀਤੀ ਸ਼ੁਕਰੀਆ ਬਧੋਬਧ ਸ਼ੇਅਰ ਕਰਿਓ ਜੀ ਸਾਰੀਆਂ ਵੀਡੀਓ ਦੇ ਲਿੰਕ ਪਾਇਆ ਇੰਦੀ ਰੇਡੀਓ ਵੱਖਰਾ ਹੀ ਸ਼ੋਅ ਹੁੰਦਾ ਨੀਲਾ ਜਿਹਾ ਹਾਂਜੀ ਸੋ ਇੱਥੇ ਜਦੋਂ ਤੁਸੀਂ ਕਲਿੱਕ ਕਰਦੇ ਆ ਤੇ ਆਪਣਾ ਇੱਧਰ ਓਪਨ ਹੋ ਜਾਂਦਾ ਆ ਹਾਂਜੀ ਸੋ ਸਾਈਟ ਬਿਲਕੁਲ ਸਿਕਿਓਰ ਆ ਲੌਕ ਲੱਗਾ ਆ ਇਹ ਕੋਈ ਵੀਰ ਭਰਾ ਡੋਨੇਸ਼ਨ ਕਰਨਾ ਚ ਸਰੀਜ ਦਾ ਭਰਾ ਉਹ ਕਰੋੜਾਂ ਅਰਬਾਂ ਵਾਲੇ ਲੋਕ ਬੈਠੇ ਪਰ ਆਪਣਾ ਕਿਸੇ ਨੇ ਨਹੀਂ ਹਾਲ ਪੁੱਛਿਆ ਸੋ ਪੱਡਾ ਬਾਜੀ ਪੱਡਾ ਟਰਕਿੰਗ ਵਾਲੇ ਹੋਰ 2-3 ਵੀਰਿਆ ਨਹੀਂ ਤਾਂ 5-10 ਲੱਖ ਦੀ ਆਬਾਦੀ ਆ ਸਰੀਚ ਸਾਨੂੰ ਤਾਂ ਕੋਈ ਸਰੀਚ ਨਹੀਂ ਪੁੱਛਦਾ ਲੈ ਬਈ ਤੂੰ ਆਹ ਕੰਮ ਵਧੀਆ ਕਰਨ ਦਿਆ ਆ ਜਾਗਰੂ ਕਰਦਾ ਲੈ ਤੇਰੀ ਸਪੋਰਟ ਕਰਦ ਨੇ ਕੋਈ ਨਹੀਂ ਪੁੱਛਦਾ ਸੋ ਇਦਾਂ ਹੋਣੀ ਆ ਜੀ ਐਡਾ ਇਹ ਕਹੇ ਤੇ ਕਸਰੇ ਤੇ ਇੱਥੇ ਤੁਸੀਂ ਕਲਿੱਕ ਕਰਨਾ ਬਸ ਆ ਦੇਖ ਲਓ ਕਮਰਸ਼ੀਅਲ ਪੇਂਟਿੰਗ ਕਹਿੰਦੇ ਪੇਂਟ ਕਰਾ ਲਾ ਘਰੇ ਲਓ ਜੀ ਦੇਖ ਲਿਆ ਉਹਨਾਂ ਦੀ ਐਡ ਹਾਂਜੀ ਆ ਦੇਖੋ ਪੇਂਟ ਵਾਲੇ ਦੀ ਸੀ ਬਸ ਇੰਨਾ ਕੰਮ ਆ ਓਕੇ ਕਲਿੱਕ ਜ਼ਰੂਰ ਕਰਿਆ ਕਰੋ ਤੁਹਾਡੀ سپورਟ ਦੀ ਬਹੁਤ ਲੋੜ ਆ ਜੀ ਸਾਰਿਆਂ ਸੱਸ਼ਰੀਗਾਲ ਭੇਡਾਂ ਦਾ ਕਾਲ ਇੰਦੀ ਜਿ ਸਵਾਲ ਮੁੰਡਾ ਡੱਬਿਆਂ ਦਾ ਧੰਨਵਾਦ ਸ਼ੇਅਰ ਕਰੋ ਵੀਡੀਓ ਬੱਦਵਾਤ ਕਲਿੱਕ ਕਰੋ ਤੇ ਦੱਸੋ ਸਿੱਖ ਕਿਉਂ ਨਹੀਂ ਰਿਹਾ ਹੋਰ